हेलो फ्रेंड्स, सत श्री अकाल जी। की हाल चाल है? मैं थोनों अज बनाने जा रही हाँ सेवियाँ विद ब्रेड। ए स्वीट डिश है एंड ये लिए सानू चाहिए वा घ्यो, 1 चम्मच घ्यो चाहिए। और हाँ जी, मैं ये रोस्टर वर्मीसली ली हाँ सेवियाँ, ते ये बिना रोस्टर तो भी होंगी, आप भी कर सकते हैं, है ना? ते पर मैनू ये वधिया लगदियाँ वा। हुण सब तो पहला 1 चम्मच घी पाना आपां विच, ते इनू थोड़ा ही रोस्ट करने की लोड़ है क्योंकि ऑलरेडी पहले ही रोस्ट हो चुकियां ने ये। ते मैं 1 बाउल लिया सेवियाँ का, इनू हल्का जिहा आपां इनू करना इहदे विच घिओ दे विच फ्राई कर लिया। बस 1 अद्धा मिनट, क्योंकि और भी पहला ही रोस्ट ने। ते इस तो बाद अपना दूध ऐड करना विच। मैं 3% ज़्यादा लाइक कर दी हूँ। दे विच 1 कप हाँ मिल्क ऐड कर दूँ। तो आपकी फैमिली के हिसाब नाल जे तुसी वध भी चाहुंदे हो तां ओ फिर भी कर सकते हो, मतलब आपकी क्वांटिटी जिवें 2 बाउल बना लो जां 3 बाउल, है ना? छोटी फैमिली वास्ते, मेरी फैमिली छोटी होने करके इस करके मैं घट ही थोड़ा जिहा 1 बाउल। हाँ जी, आपां ब्रैड रेडी कर ले आ। ਇਹਦੇ ਸਾਈਡਾਂ ਤੋਂ ਜਿਹੜਾ ਬਰਾਊਨ ਪਾਰਟ ਨਿਕਾਲ ਲਿਆ, ਜੇ ਤੁਸੀਂ ਰੱਖਣਾ ਤਾਂ ਰੱਖ ਵੀ ਸਕਦੇ ਹੋ ਆਪਦੀ ਉਹਦੀ ਚੋਇਸ ਇਸ ਚੀਜ਼ ਨੂੰ ਲੈ ਕੇ। ਹੁਣ ਮੈਂ ਇਹ ਤਵੇ 'ਤੇ ਬਟਰ ਲਾਤਾ, ਬਟਰ ਦੇ ਨਾਲ ਇਹਨਾਂ ਨੂੰ ਬਰਾਊਨ ਬਰਾਊਨ ਕਲਰ ਦਾ ਹੋ ਗਿਆ ਉਹਦੇ ਤੱਕ ਫਰਾਈ ਕਰਨਾ ਆਪਾਂ ਇਹਨਾਂ ਨੂੰ ਬ੍ਰੈਡ ਨੂੰ। ਆਪਾਂ ਇਹਨਾਂ ਦੇ ਉੱਤੇ ਰੱਖ ਦਿੱਤਾ 1-2 ਮਿੰਟ ਤੱਕ, ਇਹ ਲਾਈਟ ਬਰਾਊਨ ਕਲਰ ਦੇ ਹੋ ਜਾਣਗੇ। ਜ਼ਿਆਦਾ ਵੀ ਉਹ ਮਤਲਬ ਜੇ ਤੁਸੀਂ ਜ਼ਿਆਦਾ ਚਾਹੁੰਦੇ ਹੋ ਕਰੰਚੀ ਕਰਨਾ ਤਾਂ ਉਸ ਹਿਸਾਬ ਨਾਲ ਉਹ ਉਹਨਾਂ ਨੂੰ ਕਰੰਚੀ ਕਰ ਸਕਦੇ ਹੋ। हल्का ब्राउन कलर ही चाहिए है, इस करके इन्हों फ्लिप भी करो नाल दी नाल कि एक पास ज़्यादा सैड ना जा, फिर वो टेस्ट लैस हो जाते हैं, टेस्ट खराब हो जाता है। इन्हों 1-2 मिनट तक इदा ही फ्राई करो, उपर ब्राउन कलर हो जाए तो उस तो बाद अलग प्लेट में पा सकते हो। हाँ जी, ਆਪਾਂ ਹੁਣ ਇਹਨਾਂ ਨੂੰ ਨਿਕਾਲ ਲਿਆ 1 ਪਲੇਟ ਦੇ ਵਿੱਚ। ਆਪਣੀਆਂ ਸੇਵੀਆਂ ਵੀ ਰੈਡੀ ਹੋ ਗਈਆਂ ਨੇ, ਅਤੇ ਇਹਨਾਂ ਨੂੰ ਬਸ ਥੋੜ੍ਹਾ ਜਿਹਾ ਪਤਲਾ ਹੀ ਰੱਖਣਾ ਇਹਨਾਂ ਨੂੰ, ਮਤਲਬ ਵੀ ਸੰਘਣਾ ਨਹੀਂ ਹੋਣ ਦੇਣਾ ਇਹਨਾਂ, ਕਿਉਂਕਿ ਵਿੱਚ ਉਹ ਇਹਦੇ 'ਚ ਕਸਟਰਡ ਵੀ ਐਡ ਕਰਨਾ, ਅਤੇ ਫਿਰ ਬ੍ਰੈਡ ਦੀਆਂ ਸਲਾਈਸਿਸ ਪਾਉਣ ਕਰਕੇ ਥੋੜ੍ਹਾ ਜਿਹਾ ਇਹ ਸੰਘਣਾ ਆਪਣੇ ਆਪ ਹੀ ਹੋ ਜਾਏਗਾ। ਅਤੇ ਮੈਂ ਕਸਟਰਡ ਇਹ ਵਾਲਾ ਮੈਂਗੋ ਮੈਂਗੋ ਕਸਟਰਡ ਇਹ ਮੈਂ ਯੂਜ਼ ਕਰੂੰਗੀ ਵਿੱਚ, ਅਤੇ ਇਹਦੇ ਨਾਲ ਅਲੱਗ ਹੀ ਟੇਸਟ ਆਊਗਾ। ਅਤੇ ਅਗਰ ਜੇ ਤੁਸੀਂ ਬ੍ਰੈਡ ਫਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫਰਾਈ ਵੀ ਕਰ ਸਕਦੇ ਹੋ ਅਲੱਗ ਤੇਲ ਦੇ ਵਿੱਚ ਪਾ ਕੇ, ਪਰ ਮੈਂ 1 ਬਟਰ ਦੇ ਨਾਲ ਹਲਕੇ ਹੀ ਰੋਸਟ ਕੀਤੇ ਆ, ਉਹ ਤੁਹਾਡੀ ਆਪਦੀ ਚੋਇਸ ਆ। ਹੁਣ 1 ਬਾਊਲ ਦੇ ਵਿੱਚ ਦੁੱਧ ਅਲੱਗ ਲਿਆ, ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਕਸਟਰਡ ਮਿਕਸ ਕਰੂੰਗੀ, ਅਤੇ ਦੈਨ ਫਿਰ ਉਸ ਤੋਂ ਬਾਅਦ ਆਪਾਂ ਸੇਵੀਆਂ ਦੇ ਵਿੱਚ ਮਿਕਸ ਕਰ ਦਾਂਗੇ। ਇਹ ਠੰਡੇ ਦੁੱਧ ਵਿੱਚ ਹੀ ਮਿਕਸ ਕਰਨਾ ਹੈ ਇਹਨੂੰ, ਕਸਟਰਡ ਨੂੰ, ਅਦਰਵਾਈਜ਼ ਵਿੱਚ ਗੰਢਾਂ ਜੀਆਂ ਬਣ ਜਾਂਦੀਆਂ ਨੇ, ਉਹਦੇ ਕਰਕੇ ਇਹਨੂੰ ਫਿਰ ਵਿੱਚ ਉਹ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦਾ ਹੈਗਾ। ਐਂ ਕਰ ਫਿਰ ਇਹਨੂੰ ਥੋੜ੍ਹਾ ਥੋੜ੍ਹਾ ਕਰਕੇ ਵਿੱਚ ਆਪਾਂ ਸੇਵੀਆਂ ਦੇ ਮਿਕਸ ਕਰਨਾ, ਅਤੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵਾ। ਥੋੜ੍ਹਾ ਥੋੜ੍ਹਾ ਕਰਕੇ ਆਪਾਂ ਵਿੱਚ ਪਾਉਂਦੇ ਹਾਂ। ਹਾਂਜੀ, ਆਪਣੀਆਂ ਹੁਣ ਸੇਵੀਆਂ ਰੈਡੀ ਹੋ ਗਈਆਂ ਨੇ। ਹੁਣ ਆਪਾਂ ਬਾਊਲ ਦੇ ਵਿੱਚ ਪਾ ਕੇ, ਅਤੇ ਇਹਦੇ ਵਿੱਚ ਤੁਸੀਂ ਇਲਾਇਚੀ ਪਾਊਡਰ ਵਗੈਰਾ ਪਾ ਸਕਦੇ ਹੋ, ਆਪਸ਼ਨਲ ਹੈ ਉਹ, ਤੁਹਾਨੂੰ ਜਿਵੇਂ ਵਧੀਆ ਲੱਗਦਾ। ਪਰ ਜਦੋਂ ਮੈਂ ਕਸਟਰਡ ਯੂਜ਼ ਕਰਦੀ ਹਾਂ ਤਾਂ ਮੈਂ ਕਦੇ ਉਸ ਚੀਜ਼ 'ਚ ਘੱਟ ਇਲਾਇਚੀ ਪਾਊਡਰ ਵਗੈਰਾ ਬਹੁਤ ਹੀ ਘੱਟ ਪਾਉਂਦੀ ਹਾਂ, ਯੂਜ਼ ਕਰਦੀ ਹਾਂ। ਉਸ ਤੋਂ ਬਾਅਦ ਤੁਸੀਂ 2-3 ਜਿੰਨੇ ਵੀ ਤੁਹਾਨੂੰ ਠੀਕ ਲੱਗਣ ਤੁਸੀਂ ਵਿੱਚ ਇਹ ਫਿੱਟ ਕਰ ਸਕਦੇ ਹੋ ਸਲਾਈਸਿਸ, 1-2 ਲੈ ਲਓ, 3 ਲੈ ਲਓ, 4 ਲੈ ਲਓ,
ਜਿਵੇਂ ਤੁਹਾਡੀ ਪਲੇਟ ਵਧੀਆ ਲੱਗੀ ਹੈ ਨਾ ਉਸ ਨੂੰ ਲੈ ਕੇ ਤੁਸੀਂ। ਔਰ ਇਸ ਦੇ ਵਿੱਚ ਮੈਂ ਵਿੱਚ ਇਹਦੇ ਸਲਾਈਸਿਸ ਪਾ ਦਿੱਤੀਆਂ ਨੇ, ਥੋੜ੍ਹੀ ਦੇਰ ਡਿਪੈਂਡ ਕਰਦਾ ਤੁਸੀਂ ਦੋ ਪਾਉਣੀਆਂ ਤਿੰਨ ਪਾਉਣੀਆਂ ਇੱਦਾਂ ਡਿਪ ਕਰ ਦਿਉ। ਉਸ ਤੋਂ ਬਾਅਦ ਤੁਸੀਂ ਵਿੱਚ ਡਰਾਈ ਫਰੂਟ ਐਡ ਕਰ ਸਕਦੇ ਹੋ, ਡਰਾਈ ਫਰੂਟ ਆਦਿ ਉੱਤੇ ਡਿਪੈਂਡ ਕਰਦਾ ਤੁਸੀਂ ਮਿਕਸ, ਜਿਵੇਂ ਮੈਂ ਕ੍ਰਿਸਮਿਸ ਬਦਾਮ ਵਗੈਰਾ ਵਿੱਚ ਮਿਕਸ ਕਰ ਰਹੀ ਹਾਂ, ਅਤੇ ਆਪਦੇ ਟੇਸਟ ਦੇ ਅਨੁਸਾਰ ਤੁਸੀਂ ਵਿੱਚ ਐਡ ਕਰ ਸਕਦੇ ਹੋ। ਤੋ ਸਰਵ ਕਰੋ, ਖਾਓ, ਅਤੇ ਲਾਈਕ ਵਧੀਆ ਲੱਗਿਆ ਹੋਵੇ ਤਾਂ ਜ਼ਰੂਰ ਤੁਸੀਂ ਲਾਈਕ ਕਰ ਸਕਦੇ ਹੋ।